हेलो स्टूडेंट्स वेलकम टू माय चैनल सो ਅੱਜ ਆਪਾਂ ਕਰਾਂਗੇ ਤੁਹਾਡੀ 5th ਕਲਾਸ ਦੀ ईवीएस एनवायरमेंट स्टडीज ਮਾਡਲ ਟੈਸਟ ਪੇਪਰ ਨੰਬਰ 3 ਉਹਦਾ ਆਪਾਂ ਸਟਾਰਟ ਕਰਦੇ ਹਾਂ ਅੱਜ ਫਰਸਟ ਕੁਐਸਚਨ ਹੈ ਇਨ 올 ਟਾਈਮਸ ਪੀਪਲ ਹੈਡ ਡੈਸ਼ ਵੈਰੀ ਲਿਮਿਟਡ ਨੀਡਸ ਮੈਨੀ ਨੀਡਸ ਨੋ ਨੀਡਸ ਨਨ ਆਫ ਦੀ ਅਬਵ ਪ੍ਰਾਣੇ ਸਮੇਂ ਵਿੱਚ ਲੋਕਾਂ ਦੀ ਜ਼ਰੂਰਤ ਬਹੁਤ ਘੱਟ ਹੁੰਦੀਆਂ ਸਨ ਬਹੁਤ ਜ਼ਿਆਦਾ ਹੁੰਦੀਆਂ ਸਨ ਜ਼ਰੂਰਤ ਨਹੀਂ ਸੀ ਜੇ ਹਨ ਇਹਨਾਂ ਵਿੱਚੋਂ ਕੋਈ ਨਹੀਂ ਜ਼ਰੂਰ ਤਾਂ ਬਹੁਤ ਘੱਟ ਹੁੰਦੀਆਂ ਸੀ ਦ ਮਾਈਗ੍ਰੈਂਟਸ ਡੈਸ਼ ਡੂ ਨੋਟ ਹੈਵ ਹੋਮਸ ਇਨ देयर ਨੈਟਿਵ ਸਟੇਟਸ ਡੂ ਨੋਟ ਹੈਵ ਐਗਰੀਕਲਚਰਲ ਲੈਂਡ ਇਨ देयर ਨੈਟਿਵ ਸਟੇਟਸ ਹੈਵ ਟੂ ਵਰਕ ਐਟ ਫਾਰ ਆਫ ਪਲੇਸ ਡਿਊ ਟੂ ਲੈਸ ਐਗਰੀਕਲਚਰਲ ਪ੍ਰੋਡਕਸ਼ਨ ਇਨ देयर ਨੈਟਿਵ ਸਟੇਟ ਨਨ ਆਫ ਦੀ ਅਬਵ ਜਿਹੜੇ ਮਾਈਗ੍ਰੈਂਟਸ ਹੁੰਦੇ ਨੇ ਉਹਨਾਂ ਕੋਲ ਜਿਹੜੇ ਉਹਨਾਂ ਦੇ ਦੇਸ਼ ਹੈ ਉੱਥੇ ਉਹਨਾਂ ਕੋਲ ਰਹਿਣ ਲਈ ਘਰ ਨਹੀਂ ਹੁੰਦੇ ਉਨਾਂ ਕੋਲੇ ਐਗਰੀਕਲਚਰਲ ਲੈਂਡ ਨਹੀਂ ਹੁੰਦੇ ਜਾਂ ਫਿਰ ਉਹਨਾਂ ਨੂੰ ਦੂਰ ਕੰਮ ਕਰਨਾ ਪੈਂਦਾ ਕਿਉਂਕਿ ਉੱਥੇ ਐਗਰੀਕਲਚਰਲ ਜਿਹੜੀ ਪ੍ਰੋਡਕਸ਼ਨ ਹੈ ਉਹ ਬਹੁਤ ਘੱਟ ਹੁੰਦੀ ਹੈ ਜਾਂ ਫਿਰ ਇਹਨਾਂ 'ਚ ਕੋਈ ਨਹੀਂ ਉੱਥੇ ਹੈਵ ਟੂ ਵਰਕ ਐਟ ਫਾਰ ਆਫ ਪਲੇਸ 듀 ਟੂ ਦਾ ਲੈਸ ਐਗਰੀਕਲਚਰਲ ਪ੍ਰੋਡਕਸ਼ਨ ਇਨ देयर ネਟਿਵ ਸਟੇਟ ਉਹਨਾਂ ਨੂੰ ਦੂਰ ਜਾ ਕੇ ਕੰਮ ਕਰਨਾ ਪੈਂਦਾ ਕਿਉਂਕਿ ਉਹਨਾਂ ਦੀ ਜਿਹੜੀ ਨੇਟਿਵ ਸਟੇਟ ਹੈ ਉੱਥੇ ਐਗਰੀਕਲਚਰਲ ਪ੍ਰੋਡਕਸ਼ਨ ਹੈ ਜਿਹੜੀ ਬਹੁਤ ਘੱਟ ਹੁੰਦੀ ਹੈ why do what do the people of bihar like to eat bihar de log zatar ki khana vad pasand karde ne chapati rice fish ya naan oh fish zyada khani pasand karde ne visually impaired people are more sensitive to speech touch hearing none of these jehde visually impaired people hunde ne oh more sensitive hunde ne vad sensitive ke ide vich hunde ne oh speech touch ya hearing ਔਰ ਇਹਨਾਂ ਵਿੱਚੋਂ ਕਿਸੇ ਵਿੱਚ ਨਹੀਂ ਹੁੰਦੇ ਸੋ ਤੁਸੀਂ ਨਨ ਆਫ ਅਬਵ ਟਿਕ ਕਰੋਗੇ ਹਾਊ ਮੈਨੀ ਪਲੇਅਰਸ ਆਫ ਦਾ ਵਿਲੇਜ ਸੰਸਾਰਪੁਰ ਆਫ ਡਿਸਟ੍ਰਿਕਟ ਜਲੰਧਰ ਹੈਵ ਟੇਕਨ ਪਾਰਟ ਇਨ ਦਾ 올림픽 ਗੇਮ ਜਲੰਧਰ ਦੇ ਡਿਸਟ੍ਰਿਕਟ ਜਲੰਧਰ ਦੇ ਵਿਲੇਜ ਐ ਪਿੰਡ ਐ ਸੰਸਾਰਪੁਰ ਉਹਦੇ ਵਿੱਚ ਕਿੰਨੇ ਪਲੇਅਰਸ ਨੇ 올림픽 ਗੇਮਸ ਵਿੱਚ ਪਾਰਟਿਸਿਪੇਟ ਕੀਤਾ ਸੀ 14 ਪਲੇਅਰਸ ਨੇ ਨੈਕਸਟ ਕੁਐਸਚਨ 6 ਹੂ ਇਜ਼ ਨੋਨ ਐਜ਼ ਮਾਸਟਰ ਬਲਾਸਟਰ ਮਾਸਟਰ ਬਲਾਸਟਰ ਦੇ ਨਾਮ ਤੋਂ ਕੌਣ ਜਾਣੇ ਜਾਂਦੇ ਸਚਿਨ ਤੰਦੂਲਕਰ ਮੇਜਨ ਦਿਆਨਚੰਦ ਮਿਲਖਾ ਸਿੰਘ ਜਾਂ ਨਨਾ ਫਬ ਮੇ ਸਚਿਨ ਤੰਦੂਲਕਰ ਵਿਚ ਆਫ ਦਾ ਫੋਲੋਇੰਗ ਗੇਮਸ ਇਜ਼ ਆਲਸੋ ਫੇਮਸ ਫॉर ਸੈਲਫ ਪ੍ਰੋਟੈਕਸ਼ਨ ਇਨ ਜਾਪਾਨ ਇਹਨਾਂ ਵਿੱਚੋਂ ਕਿਹੜੀਆਂ ਗੇਮਸ ਨੇ ਜਿਹੜੀਆਂ ਸੈਲਫ ਪ੍ਰੋਟੈਕਸ਼ਨ ਦੇ ਲਈ ਜ਼ਿਆਦਾ ਫੇਮਸ ਨੇ ਜਾਪਾਨ ਦੇ ਵਿੱਚ ਗਤਕਾ ਤੰਤਾ ਕਰਾਟੇ ਜਾਂ ਟੈਕਵਾਂਡੋ ਕਰਾਟੇ ਵੱਧ ਫੇਮਸ ਨੇ a tiger has red color black color brownish yellow color white color ohna tigers da keda color hunda hai brownish yellow color hunda hai there are dash stripes on tiger's body tiger di body te kide color di stripes hundiyan ne yellow brown black ya red black hundiyan ne a dog can recognize the source of voice dash times better than humans ਜੇ ਡੌਗ ਇਹ ਕਿੰਨੇ ਟਾਈਮ ਜ਼ਿਆਦਾ ਕਿੰਨੇ ਗੁਣਾ ਜ਼ਿਆਦਾ ਵਧੀਆ ਤਰੀਕੇ ਨਾਲ ਕਿਸੇ ਵਿੱਚ ਈਜ਼ੀ ਆਵਾਜ਼ ਨੂੰ ਜਿਹੜਾ ਸੁਣ ਸਕਦਾ ਹੈ 4 5 3 ਐਂਡ 7 4 ਟਾਈਮਸ 4 ਗੁਣਾ ਵੱਧ ਹਿਊਮਨ ਤੋਂ ਵਧੀਆ ਤਰੀਕੇ ਨਾਲ ਸੁਣ ਸਕਦਾ ਹੈ ਵਟ ਵਾਸ ਅ ਨੇਮ ਆਫ ਦ ਬਿਚ ਸੈਂਟੂ ਸਪੇਸ ਇਨ ਰਸ਼ੀਅਨ ਸਪੇਸ ਕ੍ਰਾਫਟ ਸਪੁਟਨਿਕ ਇਨ 1957 ਜਿਹੜਾ ਰਸ਼ੀਅਨ ਸਪੇਸ ਕ੍ਰਾਫਟ ਸਪੁਟਨਿਕ ਸੀ 1957 ਵਿੱਚ ਜਿਹੜਾ ਗਿਆ ਸੀ ਉਹਦੇ ਵਿੱਚ ਇੱਕ ਵਿੱਚ ਗਿਆ ਸੀ ਡੌਗ ਦਾ ਬੇਬੀ ਗਿਆ ਸੀ ਉਹ ਦਾ ਕੀ ਨਾਮ ਸੀ ਡੇਜੀ ਰੋਜੀ ਲੈਕਾਇਰ 루ਸੀ ਉਹਦਾ ਨਾਮ ਸੀ ਲੈਕਾ ਨੈਕਸਟ ਕੁਐਸਚਨ ਹੈ ਜਸਟ ਐਸ ਚੱਕਰਕੰਦੀ ਇਜ਼ ਪਲਾਂਟਡ ਫਰੋਮ ਰੂਟ ਸਿਮਿਲਰਲੀ ਡੈਸ਼ ਸਿਰਫ ਚੱਕਰਕੰਦੀ ਹੈ ਜਿਹੜੀ ਉਹਦੇ ਰੂਟਸੋਂ ਉਗਾਈ ਜਾਂਦੀ ਹੈ ਜਿਵੇਂ ਕਿ ਪੱਤਾਚਟ ਗrows ਫਰਮ ਦ ਲੀव्स ਫਰਮ ਸੇਮ ਪਲੈਂਟ ਜਿਵੇਂ ਪੱਤਾਚਟ ਹੈ ਉਹ ਆਪਣੇ ਲੀव्स ਤੋਂ ਗਰੋ ਹੁੰਦਾ ਓਸੇ ਸੇਮ ਪਲੈਂਟ ਤੇ ਵੀਟ ਪਲੈਂਟਸ ਗਰੋ ਥਰੂ ਗ੍ਰਾਫਟਿੰਗ ਵੀਟ ਪਲੈਂਟ ਹੈ ਜਿਹੜੀ ਗ੍ਰਾਫਟਿੰਗ ਦੇ ਥਰੂ ਉਗਦੀ ਹੈ ਰੋਜ਼ ਪਲੈਂਟ ਗਰੋ ਫਰਮ ਸੀਡ ਰੋਜ਼ ਹੈ ਜਿਹੜਾ ਉਹ ਸੀਡ ਤੋਂ ਉਗਦਾ ਹੈ ਮਸਟਰਡਸ ਪਲੈਂਟ ਗਰੋਸ ਫਰਮ ਦ ਲੀव्स ਆਫ ਸੇਮ ਪਲੈਂਟ ਮਸਟਰਡ ਪਲੈਂਟ ਹੈ ਜਿਹੜਾ ਓਸੇ ਪਲੈਂਟ ਦੇ ਲੀव्स ਤੋਂ ਉਗਦਾ ਸੋ ਇਹ ਆਪਸ਼ਨ ਕਰੈਕਟ ਹੈ ਪੱਤਾਚਟ grows from leaves of the same plant which of the following seed is used as spice masalayan de roop vich kede seed di vato kiti jandi hai beej di turmeric maize millet ya mustard turmeric yani ki haldi vech aanadiwasi tribe lives in madhya pradesh madhya pradesh vich kede aadivasi tribe rehnde ne teal gon munda marmanjiru gon rehnde se ਇਨ ਵਿਚ ਆਫ ਦਾ ਫਾਲਿੰਗ ਸਟੇਟ ਆਫ ਇੰਡੀਆ देयर आर ਫਿਊ ਫੋਰੈਸਟ ਇੰਡੀਆ ਦੇ ਕਿਹੜੀ ਸਟੇਟ ਵਿੱਚ ਬਹੁਤ ਘੱਟ ਜੰਗਲ ਨੇ ਬਿਹਾਰ ਛੱਤੀਸਗੜ੍ਹ ਮਨੀਪੁਰ ਪੰਜਾਬ ਪੰਜਾਬ ਵਿੱਚ ਬਹੁਤ ਘੱਟ ਜੰਗਲ ਨੇ ਵਿਚ ਆਫ ਦਾ ਫਾਲਿੰਗ ਫੂਡ ਪ੍ਰੋਡਕਟਸ ਕੈਨ ਬੀ ਪ੍ਰੀਜ਼ਰਵਡ ਫॉर ਸਮ ਟਾਈਮ ਬਾਈ ਬੋਇਲਿੰਗ ਇਹਨਾਂ ਵਿੱਚੋਂ ਕਿਹੜਾ ਫੂਡ ਪ੍ਰੋਡਕਟ ਹੈ ਜਿਹੜਾ ਥੋੜਾ ਟਾਈਮ ਮਤਲਬ ਬੋਇਲ ਕਰਨ ਤੋਂ ਬਾਅਦ ਥੋੜੇ ਟਾਈਮ ਦੇ ਲਈ ਰੱਖਿਆ ਜਾ ਸਕਦਾ ਹੈ ਮਿਲਕ ਮੀਟ ਫਰੂਟਸ ਵੈਜੀਟੇਬਲਸ ਮੀਟ ਹੈ ਜਿਹੜਾ ਇਹ ਵੀ ਖਰਾਬ ਹੋ ਜਾਏਗਾ ਫਰੂਟਸ ਵੀ ਹੋ ਜਾਣਗੇ ਗ੍ਰੀਨ ਵੈਜੀਟੇਬਲਸ ਬਟ ਮਿਲਕ ਨਹੀਂ ਖਰਾਬ ਹੋਏਗਾ ਮਿਲਕ ਇਹ ਆਪਸ਼ਨ ਕਰੈਕਟ ਹੈ ਵੇਅਰ ਆਰ ਫਰੂਟਸ ਐਂਡ ਵੈਜੀਟੇਬਲਸ ਪਲੇਸਡ ਟੂ ਪ੍ਰੀਜ਼ਰਵ ਥੈਮ ਫॉर ਅ ਲੌਂਗ ਟਾਈਮ ਔਨ ਅ ਲਾਰਜ ਸਕੇਲ ਜਦੋਂ ਫਰੂਟਸ ਜਾਂ ਵੈਜੀਟੇਬਲਸ ਦੀ ਅਮਾਉਂਟ ਜਿਹੜੀ ਵੱਧ ਹੁੰਦੀ ਹੈ ਫਿਰ ਉਹਨਾਂ ਨੂੰ ਕਿੱਥੇ ਰੱਖਿਆ ਜਾਂਦਾ ਵੀ ਉਹ ਜ਼ਿਆਦਾ ਟਾਈਮ ਲਈ ਰਹਿ ਸਕਣ ਉਹਨਾਂ ਦੇ ਜ਼ਿਆਦਾ ਟਾਈਮ ਤੱਕ ਖਰਾਬ ਨਾ ਹੋਣ ਉਹਨਾਂ ਨੂੰ ਕੋਰਸਟੋਸ ਵਿੱਚ ਰੱਖਿਆ ਜਾਂਦਾ ਹੈ ਐਲਦਰ ਪੀਪਲ ਯੂਜ਼ ਟੂ ਟੇਕ ਮਿਲਕ ਘੀ ਬਟਰ ਮਿਲਕ ਆਲ ਆਫ ਅਬੋਵ ਜਿਹੜੇ ਐਲਦਰ ਪੀਪਲ ਹੁੰਦੇ ਨੇ 올ਡ ਪੀਪਲ ਹੁੰਦੇ ਨੇ ਉਹ ਜ਼ਿਆਦਾਤਰ ਕੀ ਲੈਣਾ ਪਸੰਦ ਕਰਦੇ ਨੇ ਮਿਲਕ ਘੀ ਬਟਰ ਮਿਲਕ ਇਹ ਤਿੰਨੋਂ ਚੀਜ਼ਾਂ ਲੈਣੀ ਪਸੰਦ ਕਰਦੇ ਨੇ ਸੋ ਤੁਸੀਂ ਆਲ ਆਫ ਅਬੋਵ ਟਿਕ ਕਰੋਗੇ energy giving nutrients are carbohydrates and fats proteins vitamins and minerals none of above je energy giving nutrients ne apne kehde ne carbohydrates and fats from which organ does food started digesting kehde organ to apna food digest hona start hunda mouth to apne muh to start hunda ਸੋ ਆਪਣੇ ਜਿਹੜੇ ਮਾਡਲ ਟੈਸਟ ਪੇਪਰ ਨੰਬਰ 3 ਕੰਪਲੀਟ ਹੋ ਗਿਆ ਹੈ ਨੈਕਸਟ ਵੀ ਅੱਜ ਆਪਾਂ ਕਵਰ ਕਰਾਂਗੇ ਤੁਹਾਡਾ ਮਾਡਲ ਟੈਸਟ ਪੇਪਰ ਨੰਬਰ 4 ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕ ਯੂ